ਓਵਰਟੇਕ ਕਰਦੇ ਸਮੇਂ ਇੱਕ ਭਿਆਨਕ ਹਾਦਸਾ ਵਾਪਰਿਆ। ਪੁਲ ਦੇ ਉੱਪਰ ਹੀ ਦੋ ਟਰੱਕਾਂ ਦੀ ਟੱਕਰ ਹੋਈ ਹੈ, ਜਿਸ ਦੇ ਵਿੱਚ ਇੱਕ ਟਿੱਪਰ ਜੋ ਹੈ ਉਹ ਪੁਲ ਤੋਂ ਹੇਠਾਂ ਡਿੱਗਣ ਤੋਂ ਬਚਿਆ। ਤਾਂ ਦੱਸ ਦਈਏ ਕਿ ਇਸ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਇੱਕ ਟਿੱਪਰ ਪੁਲ ਦੀ ਰੇਲਿੰਗ ਦੇ ਉੱਪਰ ਚੜਿਆ ਸਾਫ਼ ਦੇਖਿਆ ਜਾ ਸਕਦਾ ਹੈ। ਤਾਂ ਦੱਸ ਦਈਏ ਕਿ ਇਹ ਹਾਦਸਾ ਜੋ ਹੈ ਕਿਤੇ ਨਾ ਕਿਤੇ ਕਾਲੀਕਰਨ ਕਰਕੇ ਵਾਪਰਿਆ, ਕਿਉਂਕਿ ਲਗਾਤਾਰ ਅੱਜ ਦੇ ਟਾਈਮ ਦੇ ਵਿੱਚ ਦੇਖਿਆ ਜਾਵੇ ਤਾਂ ਹਰ ਕਿਸੇ ਨੂੰ ਕਾਲੀ ਹੁੰਦੀ ਹੈ। ਤਾਂ ਜਦੋਂ ਇਹ ਟਰੱਕ ਵੀ ਦੂਸਰੇ ਟਰੱਕ ਨੂੰ ਓਵਰਟੇਕ ਕਰਨ ਲੱਗਿਆ ਤਾਂ ਟਿੱਪਰ ਬੇਕਾਬੂ ਹੋ ਕੇ ਇਸ ਪੁਲ ਦੀ ਰੇਲਿੰਗ ਦੇ ਉੱਪਰ ਚੜ ਗਿਆ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਇਸ ਟਰੱਕ ਦੀ ਬ੍ਰੇਕ ਲੱਗਦੀ ਹੈ ਅਤੇ ਨਾਲ ਹੀ ਟਰੱਕ ਬੰਦ ਹੋ ਜਾਂਦਾ। ਗਨੀਮਤ ਰਹਿੰਦੀ ਹੈ ਕਿ ਕੋਈ ਵੱਡਾ ਹਾਦਸਾ ਨਹੀਂ ਵਾਪਰਦਾ। ਜੇਕਰ ਟਰੱਕ ਨੀਚੇ ਗਿਰ ਜਾਂਦਾ ਤਾਂ ਕਿਸੇ ਜਾਨ ਦਾ ਵੀ ਨੁਕਸਾਨ ਹੋ ਸਕਦਾ ਸੀ। ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ, ਪਰ ਜਿਸ ਹਿਸਾਬ ਦੇ ਨਾਲ ਇਹ ਹਾਦਸਾ ਹੋਇਆ ਉਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਥੋੜ੍ਹਾ ਜਿਹਾ ਟਰੱਕ ਹੋਰ ਅੱਗੇ ਚਲਾ ਜਾਂਦਾ ਤਾਂ ਇਹ ਟਰੱਕ ਜੋ ਹੈ ਭਾਖੜਾ ਨਹਿਰ ਦੇ ਵਿੱਚ ਗਿਰ ਸਕਦਾ ਸੀ। ਤਾਂ ਦੱਸ ਦਈਏ ਕਿ ਮਨਾਲੀ ਮੁੱਖ ਮਾਰਗ ਦੇ ਉੱਤੇ ਇਹ ਭਿਆਨਕ ਹਾਦਸਾ ਵਾਪਰਿਆ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਤੋਂ ਬਾਅਦ ਸਾਰਾ ਰੋਡ ਹੀ ਜਾਮ ਹੋ ਗਿਆ। ਕਰੇਨ ਦੀ ਮਦਦ ਦੇ ਨਾਲ ਕਿਹਾ ਜਾ ਰਿਹਾ ਕਿ ਇਸ ਜਾਮ ਨੂੰ ਖੁਲਵਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਦੱਸ ਦਈਏ ਕਿ ਕੀਰਤਪੁਰ ਸਾਹਿਬ ਦੇ ਵਿੱਚ ਇਹ ਹਾਦਸਾ ਵਾਪਰਿਆ, ਜਿੱਥੇ ਕਿ ਦੋ ਟਰੱਕ ਆਪਸ ਦੇ ਵਿੱਚ ਟਕਰਾਏ ਨੇ, ਜਿਸ ਦੇ ਵਿੱਚੋਂ ਇੱਕ ਟਰੱਕ ਪੁਲ ਤੋਂ ਹੇਠਾਂ ਨੂੰ ਲਟਕ ਗਿਆ। ਓਵਰਟੇਕ ਕਰਦੇ ਸਮੇਂ ਇੱਕ ਭਿਆਨਕ ਹਾਦਸਾ ਵਾਪਰਿਆ। ਪੁਲ ਦੇ ਉੱਪਰ ਹੀ ਦੋ ਟਰੱਕਾਂ ਦੀ ਟੱਕਰ ਹੋਈ ਹੈ, ਜਿਸ ਦੇ ਵਿੱਚ ਇੱਕ ਟਿੱਪਰ ਜੋ ਹੈ ਉਹ ਪੁਲ ਤੋਂ ਹੇਠਾਂ ਡਿੱਗਣ ਤੋਂ ਬਚਿਆ। ਤਾਂ ਦੱਸ ਦਈਏ ਕਿ ਇਸ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਇੱਕ ਟਿੱਪਰ ਪੁਲ ਦੀ ਰੇਲਿੰਗ ਦੇ ਉੱਪਰ ਚੜਿਆ ਸਾਫ਼ ਦੇਖਿਆ ਜਾ ਸਕਦਾ ਹੈ। ਤਾਂ ਦੱਸ ਦਈਏ ਕਿ ਇਹ ਹਾਦਸਾ ਜੋ ਹੈ ਕਿਤੇ ਨਾ ਕਿਤੇ ਕਾਲੀਕਰਨ ਕਰਕੇ ਵਾਪਰਿਆ, ਕਿਉਂਕਿ ਲਗਾਤਾਰ ਅੱਜ ਦੇ ਟਾਈਮ ਦੇ ਵਿੱਚ ਦੇਖਿਆ ਜਾਵੇ ਤਾਂ ਹਰ ਕਿਸੇ ਨੂੰ ਕਾਲੀ ਹੁੰਦੀ ਹੈ। ਤਾਂ ਜਦੋਂ ਇਹ ਟਰੱਕ ਵੀ ਦੂਸਰੇ ਟਰੱਕ ਨੂੰ ਓਵਰਟੇਕ ਕਰਨ ਲੱਗਿਆ ਤਾਂ ਟਿੱਪਰ ਬੇਕਾਬੂ ਹੋ ਕੇ ਇਸ ਪੁਲ ਦੀ ਰੇਲਿੰਗ ਦੇ ਉੱਪਰ ਚੜ ਗਿਆ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਇਸ ਟਰੱਕ ਦੀ ਬ੍ਰੇਕ ਲੱਗਦੀ ਹੈ ਅਤੇ ਨਾਲ ਹੀ ਟਰੱਕ ਬੰਦ ਹੋ ਜਾਂਦਾ। ਗਨੀਮਤ ਰਹਿੰਦੀ ਹੈ ਕਿ ਕੋਈ ਵੱਡਾ ਹਾਦਸਾ ਨਹੀਂ ਵਾਪਰਦਾ। ਜੇਕਰ ਟਰੱਕ ਨੀਚੇ ਗਿਰ ਜਾਂਦਾ ਤਾਂ ਕਿਸੇ ਜਾਨ ਦਾ ਵੀ ਨੁਕਸਾਨ ਹੋ ਸਕਦਾ ਸੀ। ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ, ਪਰ ਜਿਸ ਹਿਸਾਬ ਦੇ ਨਾਲ ਇਹ ਹਾਦਸਾ ਹੋਇਆ ਉਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਥੋੜ੍ਹਾ ਜਿਹਾ ਟਰੱਕ ਹੋਰ ਅੱਗੇ ਚਲਾ ਜਾਂਦਾ ਤਾਂ ਇਹ ਟਰੱਕ ਜੋ ਹੈ ਭਾਖੜਾ ਨਹਿਰ ਦੇ ਵਿੱਚ ਗਿਰ ਸਕਦਾ ਸੀ। ਤਾਂ ਦੱਸ ਦਈਏ ਕਿ ਮਨਾਲੀ ਮੁੱਖ ਮਾਰਗ ਦੇ ਉੱਤੇ ਇਹ ਭਿਆਨਕ ਹਾਦਸਾ ਵਾਪਰਿਆ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਤੋਂ ਬਾਅਦ ਸਾਰਾ ਰੋਡ ਹੀ ਜਾਮ ਹੋ ਗਿਆ। ਕਰੇਨ ਦੀ ਮਦਦ ਦੇ ਨਾਲ ਕਿਹਾ ਜਾ ਰਿਹਾ ਕਿ ਇਸ ਜਾਮ ਨੂੰ ਖੁਲਵਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਦੱਸ ਦਈਏ ਕਿ ਕੀਰਤਪੁਰ ਸਾਹਿਬ ਦੇ ਵਿੱਚ ਇਹ ਹਾਦਸਾ ਵਾਪਰਿਆ, ਜਿੱਥੇ ਕਿ ਦੋ ਟਰੱਕ ਆਪਸ ਦੇ ਵਿੱਚ ਟਕਰਾਏ ਨੇ, ਜਿਸ ਦੇ ਵਿੱਚੋਂ ਇੱਕ ਟਰੱਕ ਪੁਲ ਤੋਂ ਹੇਠਾਂ ਨੂੰ ਲਟਕ ਗਿਆ।